जसलीन बेटा, मैं ना 2 दिन लिए बाहर जा रही हूँ, मेरी मीटिंग है और मैं 2 दिन बाद आ जाऊंगी। उदों तक ना मैं तेरे ताया जी के बेटे नू फोन कर दिता है, तो मैं उन्होंने कहता भी वह आ जाऊंगे तो वह तेरे नाल 2 दिन लिए रहूंगे। सो लड़ना नहीं है और भरा का ख्याल रखना है। ठीक है ममा, तुम बिल्कुल बेफिक्र होकर जाओ, मैं वीरे का पूरा ख्याल रखूंगी। जसलीन बड़ी हो गई पहला नालों। ਹੋਰ ਸੁਣਾਓ ਵੀਰੇ, ਕਿੱਦਾਂ? ਵਧੀਆ ਜਸਲੀਨ, ਬਹੁਤ ਵਧੀਆ। ਹੋਰ ਤੁਸੀਂ, ਤੂੰ ਦੱਸ? ਮੈਂ ਵੀ ਬਹੁਤ ਵਧੀਆ। ਅੱਛਾ ਇਹ ਦੱਸੋ, ਤਾਏ ਜੀ ਅਤੇ ਤਾਈ ਜੀ ਠੀਕ ਹੈ? ਹਾਂ, ਉਹ ਵੀ ਬਹੁਤ ਵਧੀਆ ਨੇ, ਠੀਕ ਨੇ ਹੁਣ ਪਹਿਲਾਂ ਨਾਲੋਂ। ਅੱਛਾ, ਮੈਨੂੰ ਇਹ ਦੱਸੋ, ਆਪਣਾ ਚਾਚੂ ਜੀ ਨਹੀਂ ਦਿਖ ਰਿਹਾ ਅੱਜ, ਕਿਤੇ ਗਏ ਹੋਏ? ਹਾਂਜੀ ਹਾਂਜੀ, ਉਹ ਨਾ 2 ਦਿਨ ਲਈ ਬਾਹਰ ਗਏ ਨੇ, ਉਹਨਾਂ ਦੀ ਮੀਟਿੰਗ ਸੀਗੀ ਕੋਈ। ਅੱਛਾ, ਤਾਂ ਹੀ ਉਹ ਮੈਨੂੰ ਕਹਿ ਰਹੇ ਸੀ ਵੀ ਮੈਂ ਜਾਣਾ ਕਿਤੇ 2 ਦਿਨ ਲਈ, ਬਟ ਇਹ ਨਹੀਂ ਦੱਸਿਆ ਵੀ ਮੈਂ ਕਿੱਥੇ ਜਾ ਰਹੀ। ਅੱਛਾ ਹਾਂਜੀ, ਉਹ ਮੀਟਿੰਗ 'ਤੇ ਗਏ ਸੀਗੇ ਨਾ? ਓਕੇ ਓਕੇ, ਠੀਕ ਆ। ਵੈਸੇ ਜਸਲੀਨ, ਦੱਸਾਂ ਤੂੰ ਸੱਚੀ ਬਹੁਤ ਵੱਡੀ ਹੋ ਗਈ। ਹਾਂਜੀ ਹਾਂਜੀ, ਚਲੋ ਹੁਣ ਇਹ ਗੱਲਾਂ ਛੱਡੋ, ਗੱਲਾਂ ਤਾਂ ਆਪਾਂ ਬਾਅਦ 'ਚ ਵੀ ਕਰਦੇ ਰਵਾਂਗੇ, ਪਹਿਲਾਂ ਇਹ ਦੱਸੋ ਤੁਸੀਂ ਖਾਣ 'ਚ ਕੀ ਲਓਗੇ? ਮੈਂ ਜਸਲੀਨ ਸੱਚੀ ਦੱਸਾਂ ਤਾਂ ਮੈਂ ਥੱਕ ਗਿਆ ਥੋੜ੍ਹਾ ਜਿਹਾ, ਬਹੁਤ ਜ਼ਿਆਦਾ। ਅੱਛਾ, ਮੈਂ ਚਾਹੁੰਦਾ ਮੈਂ ਥੋੜ੍ਹਾ ਰੈਸਟ ਕਰ ਲਾਂ ਹਾਲੇ। ਹਾਂਜੀ ਹਾਂਜੀ, ਤੁਸੀਂ ਲੰਬੇ ਸਫ਼ਰ ਤੋਂ ਆਏ ਹੋ ਨਾ, ਚਲੋ ਕੋਈ ਗੱਲ ਨਹੀਂ, ਉੱਧਰ ਰੂਮ ਹੈ, ਤੁਸੀਂ ਉੱਧਰ ਜਾ ਕੇ ਰੈਸਟ ਕਰ ਸਕਦੇ ਹੋ। ਠੀਕ ਆ, ਚਲੋ।
ਵੀਰੇ ਆ ਜਾ ਮੈਂ ਚਾਹ ਬਣਾਉਣ ਲੱਗੀ ਆ। ਬਣ ਗਈ ਚਾਹ? ਹਾਂਜੀ ਹਾਂਜੀ ਮੈਂ ਲੈ ਕੇ ਆ ਰਹੀ ਹਾਂ, ਤੁਸੀਂ ਬਹਿ ਜਾਓ। ਅੱਛਾ ਹੋਰ ਫਿਰ ਹੈਰੀ ਕੀ ਹਾਲ ਆ? ਵਧੀਆ ਵੀਰੇ, ਤੂੰ ਦੱਸ ਕਿੱਦਾਂ? ਠੀਕ ਆ, ਬਹੁਤ ਵਧੀਆ। ਹੋਰ ਸੁਣਾ। ਮੈਂ ਯਾਰ ਚਾਚੀ ਕੋਲ ਆਇਆ ਉਰੇ 2 ਕੁ ਦਿਨ ਵਾਸਤੇ ਨਾ, ਉਹ ਕਿਤੇ ਬਾਹਰ ਗਏ ਹੋਏ ਨੇ। ਉਹ ਕਹਿੰਦੇ ਵੀ ਉਰੇ ਆ ਕੇ ਰਹਿ ਲੈ ਤੂੰ, ਜਸਲੀਨ ਦਾ ਧਿਆਨ ਰੱਖ ਲਈ। ਅੱਛਾ ਅੱਛਾ। ਅਤੇ ਯਾਰ ਮੈਂ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ। ਮੈਨੂੰ ਯਾਰ ਜਸਲੀਨ ਨਾ ਯਾਰ ਸੋਹਣੀ ਬਹੁਤ ਲੱਗਣ ਲੱਗੀ ਯਾਰ, ਉਹ ਬੜੀ ਹੋ ਗਈ ਯਾਰ ਹੁਣ ਉਹ ਯਾਰ, ਹੈਂ ਬਾਹਲੀ ਸੋਹਣੀ ਹੋ ਗਈ ਯਾਰ ਉਹ। ਵੀਰੇ ਹੋਸ਼ ਕਰ, ਆਪਣੀ ਭੈਣ ਆ ਉਹ। ਯਾਰ ਤੈਨੂੰ ਨਹੀਂ ਪਤਾ ਯਾਰ, ਤੂੰ ਰਹਿਣ ਦੇ ਤੂੰ, ਚੱਲ ਮੈਂ ਫੋਨ ਕਰਦਾ ਹਾਂ। ਉਈ ਹੈਲੋ ਹਰਸ਼, ਕਿਵੇਂ ਹੈ? ਮੈਂ ਠੀਕ ਹਾਂ ਜਸਲੀਨ, ਤੂੰ ਕਿਵੇਂ ਹੈ? ਯਾਰ ਮੈਂ ਬਹੁਤ ਟੈਨਸ਼ਨ 'ਚ ਆ, ਪੁੱਛਣਾ ਕੀ ਹੋ ਗਿਆ? ਮੇਰਾ ਜਿਹੜਾ ਤਾਏ ਦਾ ਮੁੰਡਾ ਨਹੀਂ ਹੈ ਉਹ ਆਇਆ, ਮੰਮਾ ਬਾਹਰ ਗਏ ਹੋਏ ਨਾ ਮੀਟਿੰਗ ਲਈ, ਤਾਂ ਇਸ ਕਰਕੇ ਉਹ ਘਰ ਆਇਆ ਹੋਇਆ। ਫਿਰ ਕੀ ਹੋਇਆ ਹੁਣ? ਯਾਰ ਉਹ ਮਤਲਬ ਅਜੀਬ ਜਿਹੀ ਤਰ੍ਹਾਂ ਦੇਖੀ ਜਾ ਰਿਹਾ, ਅਜੀਬ ਜਿਹੀ ਤਰ੍ਹਾਂ ਟੱਚ ਕਰੀ ਜਾ ਰਿਹਾ, ਮਤਲਬ ਉਹ ਸਮਝ ਨਹੀਂ ਆ ਰਿਹਾ ਕੀ ਕਰਾਂ। ਤੂੰ ਮੰਮਾ ਨਾਲ ਡਿਸਕਸ ਕਰਨਾ ਸੀ ਨਾ? ਨਹੀਂ ਯਾਰ, ਮੰਮਾ ਨਾਲ ਮੈਂ ਕਿਵੇਂ ਡਿਸਕਸ ਕਰ ਸਕਦੀ ਹਾਂ, ਮੰਮਾ ਨਾਲ ਨਹੀਂ ਕਰਨਾ ਡਿਸਕਸ। ਚੱਲ ਇੱਕ ਕੰਮ ਕਰ, ਤੂੰ ਹਿੰਮਤ ਨਾ ਹਾਰੀ, ਤੂੰ ਹਿੰਮਤ ਦੇ ਨਾਲ ਇਹ ਸਾਰੀਆਂ ਚੀਜ਼ਾਂ ਫੇਸ ਕਰ। ਹਾਂ ਯਾਰ ਉਹ ਆ ਨਾ ਜਾਵੇ, ਚੱਲ ਮੈਂ ਤੇਰੇ ਨਾਲ ਬਸ ਗੱਲ ਕਰਦੀ ਹਾਂ। ਹਾਂਜੀ, ਤੁਸੀਂ ਚਾਹ ਪੀ ਲਈ? ਹਾਂ ਚਾਹ ਤਾਂ ਮੈਂ ਪੀ ਲਈ ਜਸਲੀਨ, ਤੇ ਮੈਂ ਨਾ ਜਸਲੀਨ ਐਕਚੁਅਲੀ। ਵਾਟ ਇਜ਼ ਦਿਸ? ਇਹ ਕੀ ਹੈ? ਮੈਂ ਤੁਹਾਨੂੰ ਪਹਿਲਾਂ ਵੀ 2 ਵਾਰ ਨੋਟਿਸ ਕਰ ਚੁੱਕੀ ਹਾਂ, ਪਹਿਲਾਂ ਤੁਸੀਂ ਇੱਥੋਂ ਦੇਖ ਰਹੇ ਸੀਗੇ ਤੇ ਕਿਚਨ 'ਚ ਵੀ ਤੁਸੀਂ ਦੇਖਿਆ ਸੀਗਾ। ਭੈਣ ਆ ਮੈਂ ਤੁਹਾਡੀ, ਪਲੀਜ਼ ਜੇ ਮੈਂ ਚਾਹੁੰਦੀ ਤਾਂ ਮੈਂ ਤੁਹਾਡੇ ਥੱਪੜ ਵੀ ਮਾਰ ਸਕਦੀ ਸੀਗੀ, ਪਰ ਤੁਸੀਂ ਮੇਰੇ ਵੱਡੇ ਭਰਾ ਹੋ, ਇਸ ਕਰਕੇ ਮੈਂ ਲਿਹਾਜ਼ ਕਰ ਲਿਆ। ਆਪਣੀ ਛੋਟੀ ਭੈਣ ਦੀ ਤਰ੍ਹਾਂ ਹੀ ਸਮਝੋ ਮੈਨੂੰ, ਪਲੀਜ਼। ਆਮ ਸੌਰੀ ਜਸਲੀਨ, ਮੈਂ ਨਾ ਬਹਿ ਗਿਆ ਸੀਗਾ, ਮੈਨੂੰ ਮਾਫ ਕਰ ਦੇ। ਅੱਗੇ ਤੋਂ ਇਹ ਪਲੀਜ਼ ਨਾ ਕਰਿਓ, ਤੁਹਾਡੇ ਘਰ ਵੀ ਤੁਹਾਡੀ ਮਾਂ ਭੈਣ ਹੈਗੀ ਹੈ, ਤਾਂ ਇਸ ਕਰਕੇ ਮੈਨੂੰ ਵੀ ਆਪਣੀ ਸਕੀ ਭੈਣ ਵਰਗਾ ਹੀ ਸਮਝੋ, ਤਾਂ ਐਵੇਂ ਦੇ ਕੰਮ ਪਲੀਜ਼ ਛੱਡ ਦਿਓ। ਤੂੰ ਗਲਤੀ ਹੋ ਗਈ, ਮੈਂ ਬਹਿ ਗਿਆ ਸੀਗਾ। ਚਲੋ ਕੋਈ ਗੱਲ ਨਹੀਂ, ਪਰ ਹੁਣ ਤੋਂ ਐਵੇਂ ਨਾ ਕਰਿਓ। ਓਕੇ, ਸੋ ਸੌਰੀ। ਇਹ ਸੀ ਇੱਕ ਛੋਟੀ ਜਿਹੀ ਸਟੋਰੀ ਜਿਹੜੀ ਹਰ ਇੱਕ ਘਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅੱਜ ਜੇ ਖਬਰਾਂ ਫਰੋਲੀਏ ਨਾ, ਚਾਹੇ ਟੀਵੀ 'ਤੇ ਦੇਖੀਏ ਜਾਂ ਫਿਰ ਨਿਊਜ਼ਪੇਪਰ ਦੇਖੀਏ, ਤਾਂ ਹਰ ਰੋਜ਼ ਇਹ ਖਬਰ ਜ਼ਰੂਰ ਆਉਂਦੀ ਹੈ ਵੀ ਆਪਣੇ ਹੀ ਰਿਸ਼ਤੇਦਾਰ ਵੱਲੋਂ ਆਪਣੇ ਹੀ ਘਰ ਦੀ ਇੱਕ ਛੋਟੀ ਬੱਚੀ ਦਾ ਰੇਪ ਹੋ ਗਿਆ ਜਾਂ ਫਿਰ ਛੇੜਛਾੜ ਹੋ ਗਈ। ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ, ਸਾਰੀਆਂ ਕੁੜੀਆਂ ਨੂੰ ਵੀ ਇਹ ਕਹੂੰਗੀ ਵੀ ਹਿੰਮਤ ਨਹੀਂ ਹਾਰਨੀ ਹੈਗੀ। ਜੇ ਤੁਸੀਂ ਇੱਦਾਂ ਦਾ ਕੁਝ ਵੀ ਫੇਸ ਕਰਦੇ ਹੋ ਤਾਂ ਉਹਦਾ ਡੱਟ ਕੇ ਸਾਹਮਣਾ ਕਰੋ। ਪੇਰੈਂਟਸ ਦੇ ਲਈ ਇਹ ਮੈਸੇਜ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੱਦਾਂ ਇਕੱਲੇ ਨਾ ਛੱਡੋ ਔਰ ਨਾ ਹੀ ਉਹਨਾਂ ਨੂੰ ਪਿੱਛੇ ਹਟਣ ਦੀ ਸੁਝਾਅ ਦਿਓ। ਉਹਨਾਂ ਨੂੰ ਈਵਨ ਇਹ ਸੁਝਾਅ ਦਿਓ ਕਿ ਤੁਹਾਡੇ ਨਾਲ ਜੇ ਕਿਤੇ ਇੱਦਾਂ ਹੁੰਦਾ ਵੀ ਹੈ ਤਾਂ ਤੁਸੀਂ ਡਟ ਕੇ ਸਾਹਮਣਾ ਕਰਨਾ। ਔਰ ਮੁੰਡਿਆਂ ਦੇ ਲਈ ਇਹ ਮੈਸੇਜ ਹੈ ਕਿ ਤੁਹਾਡੇ ਵੀ ਘਰਾਂ ਦੇ ਵਿੱਚ ਭੈਣਾਂ ਹੈਗੀਆਂ, ਸੋ ਆਪਣੀਆਂ ਭੈਣਾਂ ਨੂੰ ਭੈਣਾਂ ਹੀ ਸਮਝੋ, ਨਾ ਕਿ ਹਵਸ ਦਾ ਸ਼ਿਕਾਰ ਸਮਝੋ। ਨਵੀਂ ਵੀਡੀਓ ਦੇ ਨਾਲ ਫਿਰ ਦੁਬਾਰਾ ਮਿਲਾਂਗੇ, ਉਦੋਂ ਤੱਕ ਲਈ ਬਾਏ ਐਂਡ ਟੇਕ ਕੇਅਰ।